ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਾਰਿਆਂ ਦਾ ਮੇਰੇ ਯੂਟਿਊਬ ਚੈਨਲ ਸਤਨਾਮ ਸਿੰਘ ਖਾਲਸਾ 'ਤੇ ਸਵਾਗਤ ਹੈ ਜੀ। ਅੱਜ ਅਸੀਂ ਸ਼ਬਦ ਕਰਾਂਗੇ ਗੁਰਬਾਣੀ ਇਸ ਜਗ ਮਹਿ ਚਾਨਣ, ਕਰਮ ਵਸੈ ਮਨ ਆਏ। ਆਉਣ ਵਾਲੇ ਸਮਾਗਮ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਆਪ ਜੀ ਇਸ ਸ਼ਬਦ ਨੂੰ ਗਾਇਨ ਕਰ ਸਕਦੇ ਹੋ। ਮੰਦਰ ਸਪਤਕ ਦੇ ਤੀਸਰੇ ਕਾਲੇ ਤੋਂ ਵੀਰਾਂ ਦੇ ਸਕੇਲ ਤੋਂ ਆਪਾਂ ਇਸ ਸ਼ਬਦ ਨੂੰ ਕਰਾਂਗੇ। ਕਹਿਰਵੇ ਤਾਲ ਦੇ ਵਿੱਚ ਇਹ ਰੀਤ ਹੈ, ਇਹ ਕੰਪੋਜੀਸ਼ਨ ਹੈ। ਕਹਿਰਵੇ ਤਾਲ ਦੀਆਂ 8 ਮਾਤਰਾ ਹੁੰਦੀਆਂ ਹਨ। ਇਹ ਜਿਹੜੀ ਕੰਪੋਜੀਸ਼ਨ ਹੈ, ਬੇਸਿਕ ਇਹ ਰਾਗ ਕਲਿਆਣ ਦੇ ਵਿੱਚ ਕੰਪੋਜ਼ ਕੀਤੀ ਗਈ ਹੈ, ਲੇਕਿਨ ਆਪਾਂ ਬਾਹਰਲਾ ਸੁਰ ਵੀ ਗਾ ਕੋਮਲ ਵੀ ਯੂਜ਼ ਕਰਾਂਗੇ, ਕਿਉਂਕਿ ਇਹ ਰੀਤ ਹੈ। ਇਸ ਵਿੱਚ ਆਪਾਂ ਬਾਹਰਲੇ ਸਵਰ ਰੀਤ ਦੀ ਸੁੰਦਰਤਾ ਲਈ ਯੂਜ਼ ਕਰ ਸਕਦੇ ਹਾਂ। ਬੇਸ ਇਸ ਕੰਪੋਜੀਸ਼ਨ ਦਾ ਰਾਗ ਕਲਿਆਣ ਹੈ। ਇਹ ਜਿਹੜੀ ਕੰਪੋਜੀਸ਼ਨ ਹੈ, ਫਰੈਸ਼ ਕੰਪੋਜੀਸ਼ਨ ਹੈ, ਨਿਊ ਕੰਪੋਜੀਸ਼ਨ ਹੈ। ਹਜੇ ਕਿਸੇ ਵੀ ਰਾਗੀ ਸਿੰਘ ਨੇ ਇਸ ਕੰਪੋਜੀਸ਼ਨ ਨੂੰ ਨਹੀਂ ਗਾਇਨ ਕੀਤਾ ਹੈ, ਤੁਹਾਡੀ ਆਪਣੀ ਕੰਪੋਜੀਸ਼ਨ ਹੈ। ਇਸ ਕੰਪੋਜੀਸ਼ਨ ਨੂੰ ਕੰਪੋਜ਼ ਮੇਰੇ ਸਟੂਡੈਂਟ ਪਰਮਿੰਦਰ ਸਿੰਘ, ਸੁਰ ਸਿੰਘ ਵਾਲੇ, ਉਹਨਾਂ ਨੇ ਇਸ ਕੰਪੋਜੀਸ਼ਨ ਨੂੰ ਕੰਪੋਜ਼ ਕੀਤਾ ਹੈ। ਬਹੁਤ ਹੀ ਸੋਹਣੇ ਤਰੀਕੇ ਨਾਲ ਇਸ ਕੰਪੋਜੀਸ਼ਨ ਨੂੰ ਉਹਨਾਂ ਨੇ ਬਣਾਇਆ ਹੈ। ਉਹ ਕੰਪੋਜੀਸ਼ਨ ਆਪਾਂ ਕਰਾਂਗੇ। ਸ਼ੁਰੂ ਵਿੱਚ ਮੈਂ ਇੱਕ ਅਲਾਪ ਕਰਕੇ ਅਸਥਾਈ ਅਤੇ ਅੰਤਰਾ ਸ਼ਬਦ ਦਾ ਗਾਇਨ ਕਰਾਂਗਾ। ਜਿਹੜੇ ਸੁਣ ਕੇ ਸ਼ਬਦ ਕੱਢ ਸਕਦੇ ਹਨ, ਸੁਣ ਕੇ ਕੱਢ ਲੈਣ। ਜਿਹੜੇ ਸੁਣ ਕੇ ਨਹੀਂ ਕੱਢ ਸਕਦੇ, ਲਾਸਟ ਵਿੱਚ ਜਾ ਕੇ ਵੀਡੀਓ ਦੇ ਮੈਂ ਅਸਥਾਈ ਅਤੇ ਅੰਤਰੇ ਦੀ ਸਰਗਮ ਵਜਾਵਾਂਗਾ, ਅਤੇ ਸਰਗਮ ਦੇ ਉੱਤੇ ਸਲੋ ਸੋ ਸ਼ਬਦ ਵਜਾ ਕੇ ਦੱਸਾਂਗਾ, ਤੁਸੀਂ ਲਾਸਟ ਵਿੱਚ ਦੇਖ ਸਕਦੇ ਹੋ। ਹੁਣ ਆਪਾਂ ਸ਼ਬਦ ਸ਼ੁਰੂ ਕਰਦੇ ਹਾਂ ਅਲਾਪ ਤੋਂ। ਵਿੱਚ ਬਾਣੀ ਅੰਮ੍ਰਿਤ
ਇਹ ਸ਼ਬਦ ਦੇ ਅਸਥਾਈ ਅਤੇ ਅੰਤਰਾ ਮੈਂ ਇੱਕ ਗਾਇਨ ਕਰਕੇ ਦੱਸਿਆ ਹੈ। ਹੁਣ ਮੈਂ ਅਸਥਾਈ ਅਤੇ ਅੰਤਰੇ ਦੀ ਸਰਗਮ ਦੱਸਾਂਗਾ। ਦੇਖੋ ਜੀ, ਗੁਰਬਾਣੀ ਇਸ ਜਗ ਮੈਂ ਹੈ ਚਾਨਣ। ਸਰਗਮ ਦੇ ਗਾ ਗਾ ਗਾ, ਹੁਣ ਦੋਨੋਂ ਗਾ ਲੱਗਣੇ, ਗਾ ਤੇ ਗਾ ਕੋਮਲ, ਗਾ ਸ਼ੁੱਧ ਗਾ ਕੋਮਲ। ਗਾ 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 ਮ ਗਾ ਰੇ ਸਾ ਧਾਨੀ ਧਾਨੀ ਪਾ ਧਾ ਸਾ ਨੀ ਰੇ ਰੇ ਸਾ। ਸ਼ਬਦ ਦੇਖੋ, ਗੁਰ ਬਾਣੀ ਇਸ, ਠੀਕ ਹੈ ਨਾ, ਫਿਰ ਦੇਖੋ, ਗੁਰ ਬਾਣੀ ਇਸ ਇਸ, ਇੱਥੇ ਆ ਜਾਣਾ ਫਿਰ, ਇਸ ਜਗ ਮੈਂ ਹੈ ਚਾਨਣ। ਦੂਸਰੀ ਲਾਈਨ ਦੇਖੋ, ਕਰਮ ਵਸੈ ਮਨ ਆਏ। ਸਰਗਮ, ਮਾ ਮਾ ਪਾ ਪਾ ਮਾ ਧਾ ਪਾ ਮਾ ਗਾ 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 ਗਾ। ਸ਼ਬਦ, ਕਰਮ ਵਸੈ ਮਨ ਆਏ। ਫਿਰ ਤੁਸੀਂ ਸਾਥ ਆ ਜਾਣਾ ਹੈ, ਮਨ ਆਏਗਾ ਕਿ ਮਨ ਆਏ ਗਾ ਰੇ ਸਾ। ਫਿਰ ਗੁਰਬਾਣੀ ਇਸ ਜਗ ਮੈਂ ਹੈ ਚਾਨਣ। ਗੁਰਬਾਣੀ, ਦੂਜੀ ਵਾਰੀ ਬੋਲਣਾ, ਪਾ ਗਾ 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 ਮਾ ਗਾ ਰੇ ਰੇ ਸਾ ਧਾਨੀ ਪਾ ਧਾ ਸਾ ਨੀ ਰੇ ਰੇ ਸਾ। ਸ਼ਬਦ ਦੇਖੋ, ਗੁਰਬਾਣੀ ਇਸ ਜਗ ਮੈਂ ਹੈ ਚਾਨਣ। ਇਹ ਹੈ ਤੁਹਾਡੀ ਅਸਥਾਈ। ਹੁਣ ਦੇਖਾਂਗੇ ਆਪਾਂ ਅੰਤਰਾ। ਮਾਇਆ ਮੋਹ ਮੇਰੇ ਪ੍ਰਭ ਕੀ ਨਾ। ਸਰਗਮ ਦੇਖੋ, ਗਾ ਸਾ ਗਾ 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 ਮਾ ਮਾ ਗਾ ਗਾ ਸਾ ਗਾ 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 ਗਾ। ਦੋਨੋਂ ਗਾ ਲੱਗ ਰਹੇ ਨੇ, ਸ਼ੁੱਧ ਤੇ ਕੋਮਲ ਵੀ। ਸ਼ਬਦ, ਮਾਇਆ ਮੋਹ ਮੇਰੇ ਪ੍ਰਭ ਕੀ ਨਾ। ਨੈਕਸਟ ਲਾਈਨ, ਆਪੇ ਪਰਮ ਭੁਲਾਏ। ਸਰਗਮ ਦੇਖੋ, ਪਾਪਾ ਨੀਧਾ ਪਾ ਮਾ ਮਾ ਪਾ 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 ਮਾ ਗਾ ਗਾ ਸਾ ਗਾ ਮਾ ਪਾ ਪਾ ਪਾ। ਸ਼ਬਦ ਦੇਖੋ, ਆਪੇ ਪਰ
ਥੋੜੀ ਸਲੋ ਦੇਖੋ, ਫਿਰ ਸਲੋ ਆਪੇ ਪਰ ਸਰਗਮ ਦੇਖੋ ਲਾਸਟ ਵਾਲੀ ਜੀ, ਨੀ ਧਾ ਪ ਮਾ ਪ ਪ ਪ ਮਾ ਮਾ ਗ ਗ ਸ ਗ ਮ ਪ, ਇਹਦਾ ਗਲਾ ਕਮਾ ਦੇ ਲਾਸਟ ਪਰ ਮ ਪੁਲਾਏ। ਠੀਕ ਹੈ ਜੀ, ਅਗਲੀ ਲਾਈਨ ਦੇਖੋ, ਮਨ ਮੁਖ ਕਰਮ ਕਰੇ ਨਹੀਂ ਬੂਝ, ਸੇਮ ਸਰਗਮ ਜਿੱਦਾਂ ਪਹਿਲਾਂ ਕੀਤੀ ਹੈ, ਗਾ ਸਾ ਗਾ 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 ਮਾ ਮਾ ਗਾ ਗਾ ਸਾ ਗਾ 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 ਗਾ। ਸ਼ਬਦ ਦੇਖੋ, ਮਨ ਮੁਖ ਕਰਮ ਕਰੇ ਨਹੀਂ ਬੂਝ। ਨੈਕਸਟ ਲਾਈਨ ਸੇਮ ਸਰਗਮ, ਬਿਰਥਾ ਜਨਮ ਗਵਾਏ ਬਿਰਥਾ ਜਨਮ ਗਵਾਏ, ਜਦੋਂ ਵਾਪਸੀ ਸਥਾਈ ਤੇ ਆਉਣਾ ਹੈ, ਬਿਰਥਾ ਜਨਮ ਗਵਾਏ। ਠੀਕ ਹੈ ਜੀ, ਨਿਧਾ ਪਾ ਵਾਪਸੀ ਦੇਖੋ, ਨਿਧਾ ਪਾ ਮਾ ਮਾ ਪਾ 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 ਮਾ ਗਾ ਰੇ ਸਾ ਰੇ ਗਾ ਸਾ। ਠੀਕ ਹੈ ਜੀ, ਸ਼ਬਦ ਦੇਖੋ ਕੋਈ, ਬਿਰਥਾ ਜਨਮ ਗਵਾਏ ਗੁਰਬਾਣੀ ਇਸ ਜਗ ਮੈਂ ਚਾਨਣ ਗੁਰਬਾਣੀ। ਜਿਹੜੇ ਅਗਲੇ ਅੰਤਰੇ ਹਨ ਸੇਮ ਇਹੀ ਸਰਗਮ ਤੇ, ਸਾਰੇ ਅੰਤਰੇ ਇਹੀ ਸਰਗਮ ਤੇ ਲੱਗਣੇ ਹਨ। ਕੰਪੋਜੀਸ਼ਨ ਸੌਖੀ ਵੀ ਹੈ, ਔਖੀ ਵੀ ਹੈ, ਬੜੇ ਵਧੀਆ ਤਰੀਕੇ ਨਾਲ ਬਣਾਈ ਗਈ ਹੈ। ਜਿਹੜੇ ਮਿਹਨਤ ਕਰਦੇ ਹਨ ਉਹ ਇਸ ਕੰਪੋਜੀਸ਼ਨ ਨੂੰ ਕੱਢ ਸਕਦੇ ਹਨ, ਜਿਹੜੇ ਰਿਆਜ਼ ਕਰਦੇ ਹਨ ਰੈਗੂਲਰ ਉਹ ਇਸ ਕੰਪੋਜੀਸ਼ਨ ਨੂੰ ਕੱਢ ਸਕਦੇ ਹਨ। ਸਾਰੀ ਸਰਗਮ ਅਤੇ ਬਾਕੀ ਅੰਤਰੇ ਲੱਗ ਜਾਣੇ ਹਨ, ਤੁਹਾਡਾ ਇਹ ਸ਼ਬਦ ਸੰਪੂਰਨ ਹੋ ਜਾਵੇਗਾ। ਆਪ ਸਾਰਿਆਂ ਨੇ ਮੇਰੇ ਇਸ ਯੂਟਿਊਬ ਚੈਨਲ ਸਤਨਾਮ ਸਿੰਘ ਖਾਲਸਾ ਨੂੰ ਸਬਸਕ੍ਰਾਈਬ ਕਰਨਾ ਹੈ ਅਤੇ ਆਪਣੇ ਸਾਰੇ ਹੀ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰਨਾ ਹੈ, ਜਿਹੜੇ ਗੁਰਬਾਣੀ ਕੀਰਤਨ ਸਿੱਖਣਾ ਚਾਹੁੰਦੇ ਹਨ ਰਾਗਾਂ ਵਿੱਚ ਅਤੇ ਰੀਤਾਂ ਵਿੱਚ, ਉਹਨਾਂ ਸਾਰਿਆਂ ਨਾਲ ਇਸ ਚੈਨਲ ਨੂੰ ਸ਼ੇਅਰ ਕਰਨਾ ਹੈ ਤਾਂ ਜੋ ਸਾਰੀ ਹੀ ਸੰਗਤ ਕੀਰਤਨ ਕਰ ਸਕੇ ਅਤੇ ਇਹ ਸਾਰੀ ਹੀ ਸੰਗਤ ਫ੍ਰੀ ਵਿੱਚ ਕੀਰਤਨ ਸਿੱਖ ਸਕੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।